ਪੋਸ ਪੰਜਾਬੀ ਦੇਖ ਰਹੇ ਤੁਸੀਂ ਮੈਂ ਹਾਲ ਜਸਨੂਰ ਤਵਨ ਬੀਤੀ ਸ਼ਾ ਮੋਹਲੀ ਵਿੱਚ इंटेलिजेंस हेडक्वार्टर्स ਦੇ ਬਾਅਦ ਅਟੈਕ ਤੋਂ ਬਾਅਦ ਹੁਣ ਜਾਂਚ ਤੇਜ਼ ਹੋ ਗਈ ਹੈ ਇਸ ਦੇ ਨਾਲ ਸੀਮਨ ਐਕਸ਼ਨ ਦੇ ਵਿੱਚ ਨਜ਼ਰ ਆ ਰਹੇ ਨੇ ਸੀਮਨ ਨੇ ਡੀਜੀਪੀ ਸਮੇਤ ਪੁਲਿਸ ਅਧਿਕਾਰੀਆਂ ਦੇ ਨਾਲ ਮੀਟਿੰਗ ਸੱਦੀ ਹੈ ਸੀਐਮ ਹਾਊਸ ਦੇ ਵਿੱਚ ਮੀਟਿੰਗ ਹੋਏਗੀ ਔਰ ਪੂਰੇ ਹੱਥ سے ਦੀ ਰਿਪੋਰਟ ਮੰਗੀ ਹੈ ਤਾਂ ਸੀਮਨ ਐਕਸ਼ਨ ਦੇ ਵਿੱਚ ਨਜ਼ਰ ਆ ਰਹੇ ਨੇ ਪਹਿਲੇ ਟਵੀਟ سامنے ਆਉਂਦਾ ਹੈ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਨੇ ਵੀ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਔਰ ਹੁਣ ਸੀਐਮ ਨੇ ਮੀਟਿੰਗ ਸੱਦੀ ਹੈ ਸੀਐਮ ਹਾਊਸ ਦੇ ਵਿੱਚ ਮੀਟਿੰਗ ਹੋਏਗੀ ਔਰ ਡੀਜੀਪੀ ਸਮੇਤ ਉੱਚ ਅਧਿਕਾਰੀਆਂ ਨੂੰ ਇਸ ਮੀਟਿੰਗ ਦੇ ਵਿੱਚ ਬੁਲਾਇਆ ਗਿਆ ਔਰ ਇਸ ਦੇ ਨਾਲ ਹੀ ਪੁਲਿਸ ਨੇ ਵੀ ਜਾਂਚ ਤੇਜ਼ੀ ਦੇ ਨਾਲ ਸ਼ੁਰੂ ਕਰ ਦਿੱਤੀ ਹੈ 7000 ਤੋਂ ਵੱਧ ਮੋਬਾਈਲ ਫੋਨਸ ਦਾ ਡਾਟਾ ਡੰਪ ਹੋਇਆ ਹੈ ਉਹ ਮੋਬਾਈਲ ਫੋਨਸ ਜਿਨ੍ਹਾਂ ਨੇ 7 ਤੋਂ 8 ਵਜੇ ਤੱਕ ਲੈ ਕੇ ਕੋਈ ਵੀ ਫੋਨ ਕਾਲ ਕੀਤੇ ਮੋਹਾਲੀ ਦੇ ਏਰੀਆ ਦੇ ਵਿੱਚ ਉਹਨਾਂ ਸਾਰੇ ਡਾਟਾ ਡੰਪ ਕੀਤਾ ਗਿਆ ਤਾਂ ਮੋਹਾਲੀ ਪੁਲਿਸ ਨੇ ਜਾਂਚ ਤੇਜ਼ ਕਰ ਦਿੱਤੀ ਔਰ ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਅਕਸ਼ਨ ਦੇ ਵਿੱਚ ਨਜ਼ਰ ਆ ਰਹੇ ਨੇ ਡੀਜੀਪੀ ਸਮੇਤ ਪੁਲਿਸ ਅਧਿਕਾਰੀਆਂ ਦੀ ਮੀਟਿੰਗ ਸੱਦੀ ਹੈ ਸੀਮ ਹਾਊਸ ਦੇ ਵਿੱਚ ਇਹ ਮੀਟਿੰਗ ਹੋਣੀ ਔਰ ਪੂਰੇ ਹੱਥ ਸਿੱਧੀ ਰਿਪੋਰਟ ਮੰਗੀ ਹੈ ਤੁਹਾਨੂੰ ਦੱਸ ਦੇ ਕਿ ਬੀਤੀ ਸ਼ਾਮ 7:08 ਵਜੇ ਪੰਜਾਬ ਪੁਲਿਸ ਦੇ ਮਹੌਲੀ ਦੇ ਇੰਟੈਲੀਜੈਂਸ ਵਿੰਗ ਦੇ ਹੈੱਡਕ quarters ਦੇ ਬਾਹਰ ਬੰਬ ਧਮਾਕਾ ਹੁੰਦਾ ਹੈ RPG ਦੇ ਨਾਲ ਇਹ ਤਮਾਕਾ ਕੀਤਾ ਜਾਂਦਾ ਇੱਕ ਅਜੀਬ ਹਥਿਆਰ ਅਫਗਾਨਿਸਤਾਨ ਦੇ ਵਿੱਚ ਬੰਬ ਤਮਾਕਿਆਂ ਲਈ ਇਸਤੇਮਾਲ ਕੀਤਾ ਜਾਂਦਾ ਹੈ। ਅਤਵਾਦੀ ਹਮਲੇ ਲਈ ਜਿਹੜਾ ਹਥਿਆਰ ਇਸਤੇਮਾਲ ਕੀਤਾ ਜਾਂਦਾ ਉਸ ਦਾ ਇਸਤੇਮਾਲ ਕੱਲ ਮੋਹਾਲੀ ਦੇ ਵਿੱਚ ਬੰਬ ਤਮਾਕੇ ਲਈ ਹੁੰਦਾ ਹੈ। ਹਾਲਾਂਕਿ SP ਦਾ ਬਿਆਨ سامنے ਆਂਦੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਅਤਵਾਦੀ ਹਮਲੇ ਦੀ ਵੀ ਸਾਜ਼ਿਸ਼ ਹੋ ਸਕਦੀ ਹੈ ਪਰ ਇਸਤੇ ਮਾਮਲੇ 'ਚ ਜਾਂਚ ਕਰਨ ਤੋਂ ਬਾਅਦ ਹੀ ਕੋਈ ਵੀ ਖੁਲਾਸਾ, ਕੋਈ ਵੀ ਬਿਆਨ ਪੁਲਿਸ ਦੇਗੀ। ਤਾ ਫਿਲਹਾਲ ਪੁਲਿਸ ਵੱਲੋਂ ਜਾਂਚ ਜਾਰੀ ਹੈ। ਇੱਕ ਪਾਸੇ CM ਮਾਨ ਨੇ ਤੇਜ਼ੀ ਵੱਧਦੀ ਐਕਸ਼ਨ ਦੇ ਵਿੱਚ ਨਜ਼ਰ ਆ ਰਹੇ ਨੇ ਸੀਐਮਐਨ ਨੇ ਡੀਜੀਪੀ ਸਮੇਤ ਉੱਚ ਪੁਲਿਸ ਅਧਿਕਾਰੀਆਂ ਦੀ ਮੀਟਿੰਗ ਸੱਦੀ ਹੈ ਸੀਐਮ ਹਾਊਸ ਦੇ ਵਿੱਚ ਮੀਟਿੰਗ ਹੋਣੀ ਹੋਏਗੀ ਔਰ ਹਾਦਸੇ ਦੀ ਪੂਰੀ ਰਿਪੋਰਟ ਮੰਗੀ ਹੈ ਔਰ ਦੂਸਰੇ ਪਾਸੇ ਜਿੱਥੇ ਮੋਹਾਲੀ ਏਰੀਆ ਪੂਰਾ ਇਲਾਕਾ ਸੀਲ ਕੀਤਾ ਗਿਆ ਦੂਸਰੇ ਪਾਸੇ 7000 ਮੋਬਾਈਲ ਫੋਨਸ ਦਾ ਡਾਟਾ ਡੰਪ ਕੀਤਾ ਗਿਆ ਜੇ ਮੋਬਾਈਲ ਫੋਨਸ ਜਿਨ੍ਹਾਂ ਨੇ ਕੱਲ ਸ਼ਾਮ 7 ਤੋਂ 8 ਵਜੇ ਤੱਕ ਲੈ ਕੇ ਜਿੰਨੇ ਵੀ ਕਾਲਸ ਕੀਤੇ ਸੀ ਸਾਰਾ ਡਾਟਾ ਮੋਹਾਲੀ ਪੁਲਿਸ ਨੇ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਤਾਂ ਪੁਲਿਸ ਇਸ ਤੇ ਜਾਂਚ ਕਰ ਰਹੀ ਹੈ ਜਾਂਚ ਤੇਜ਼ੀ ਦੇ ਨਾਲ ਵਧ ਰਹੀ ਹੈ ਚਲ ਦਿੱਸੇ ਨੂੰ ਲੈ ਕੇ ਖੁਲਾਸੇ ਹੋ ਸਕਦੇ ਨੇ ਸੀਐਮ ਭਗਵੰਤ ਮਾਨ ਦਾ ਟਵੀਟ ਵੀ ਸਾਹਮਣੇ ਆਂਦਾ ਉਹਨਾਂ ਨੇ ਕਿਹਾ ਹੈ ਕਿ ਮਹਾਲੀ ਦੇ ਵਿੱਚ ਟੈਕ ਨੂੰ ਲੈ ਕੇ ਜਾਂਚ ਪੁਲਿਸ ਨੇ ਤੇਜ਼ ਕਰ ਦਿੱਤੀ ਔਰ ਜਿਸ ਨੇ ਵੀ ਪੰਜਾਬ ਦੇ ਵਿੱਚ ਲਾਅ ਇਨ ਆਰਡਰ ਸਿਚੁਏਸ਼ਨ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਅਰਵਿੰਦ ਕੇਜੀਵਾੜ ਦਾ ਵੀ ਟਵੀਟ ਸਾਹਮਣੇ ਆੰਦੋਰਨ ਕਿਹਾ ਹੈ ਕਿ ਜੇਕਰ ਕੋਈ ਵੀ ਕਿਸੇ ਵੀ ਇਰਾਦੇ ਨਾਲ ਕਿਸੇ ਵੀ ਨiyet ਦੇ ਨਾਲ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਬਰਕਰਾਰ ਦੀ ਕੋਸ਼ਿਸ਼ ਕਰ ਲਵੇਗੀ ਪਰ ਪੰਜਾਬ ਦੇ ਲੋਕ ਅਜੇਹਾ ਨਹੀਂ ਹੋਣ ਦੇਣਗੇ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਪੂਰਾ ਧਿਆਨ ਰੱਖੇਗੀ ਕਿ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਬਰਕਰਾਰ ਰਹੇ ਔਰ ਇਸ ਨੂੰ ਲੈ ਕੇ ਹੁਣ ਸੀਮਾਨ ਨਿਤੀ ਸੀ ਵਰਤੀਏ ਸੀਮਾਨ ਐਕਸ਼ਨ ਦੇ ਵਿੱਚ ਨਜ਼ਰ ਆ ਰਹੇ ਨੇ ਡੀਜੀ ਡੀਐਸਪੀ ਸਮੇਤ ਉੱਚ ਅਧਿਕਾਰੀਆਂ ਦੀ ਮੀਟਿੰਗ ਸੱਦੀ ਔਰ ਇਸ ਮੀਟਿੰਗ ਦੇ ਵਿੱਚ ਪੂਰੇ ਹਾਦਸੇ ਦੀ ਰਿਪੋਰਟ ਮੰਗੀ ਹੈ ਪੂਰੇ ਹਾਦਸੇ ਦੀ ਰਿਪੋਰਟ ਦਿੱਤੀ ਜਾਵੇਗੀ ਔਰ ਇਸ ਨਾਲ ਹੀ ਮੋਹਾਲੀ ਪੁਲਿਸ ਨੇ ਵੀ ਐਕਸ਼ਨ ਲੈ ਲਿਆ ਹੈ ਤੇਜ਼ੀ ਵਰਤਰੀ ਔਰ 7000 ਮੋਬਾਈਲ ਫੋਨਸ ਦਾ ਡਾਟਾ ਡੰਪ ਹੋਇਆ ਤਬੀ ਤੇ ਸ਼ਾਮ ਇਹ ਟਾਕ ਹੁੰਦਾ ਹੈ ਪੰਜਾਬ ਨੂੰ ਦਿਲੌਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਮੋਹਾਲੀ ਦਾ ਇਲਾਕਾ ਪੂਰਾ ਸੀਲ ਕੀਤਾ ਗਿਆ ਔਰ ਕੁਝ ਹੀ ਕਿਲੋਮੀਟਰ ਦੂਰ ਜਿੱਥੇ ਬੰਮ ਤਮਾਕਾ ਹੁੰਦਾ ਹੈ ਕੁਝ ਹੀ ਕਿਲੋਮੀਟਰ ਦੂਰ ਕੁਝ ਹੀ ਫਾਸਲੇ ਦੇ ਵਿੱਚ ਰਿਹਾਈਸ਼ੀ ਇਲਾਕਾ ਵੀ ਹੈ ਤਾਂ ਚੰਡੀਗੜ੍ਹ ਟੀਮ ਵੀ ਚੰਡੀਗੜ੍ਹ ਪੁਲਿਸ ਵੀ ਪੰਜਾਬ ਪੁਲਿਸ ਦੀ ਮਦਦ ਕਰ ਰਹੀ ਹੈ ਔਰ ਇਸ ਦਾ ਖੁਲਾਸਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਂਚ ਲਗਾਤਾਰ ਇਸ ਮਾਮਲੇ ਜਾਰੀ ਗਿਆ ਕਿ ਕੌਣ ਸੀ ਉਹ ਅਨਸਰ ਚਰਾਟੀ ਅਨਸਰ ਜਿੰਨਾ ਵੱਲੋਂ ਪੰਜਾਬ ਦੀ ਲਾਅ ਐਂਡ ਆਰਡਰ ਸਿਚੁਏਸ਼ਨ ਨੂੰ ਭੰਗ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਸੀਐਮ ਅਕਸ਼ਨ ਦੇ ਵਿੱਚ ਪੁਲਿਸ ਤੇ ਅਧਿਕਾਰੀਆਂ ਦੀ ਮੀਟਿੰਗ ਸੱਦੀ ਹੈ ਸੀਐਮ ਹਾਊਸ ਦੇ ਵਿੱਚ ਅੱਜ ਮੀਟਿੰਗ ਹੋਣੀ ਹੈ